ਇਹ ਮੇਰੀ ਇੱਕ ਬੇਨਤੀ ਰਹੇਗੀ। ਸੋ ਸੇਵਾ ਦੇ ਬਾਰੇ ਤੁਸੀਂ ਇਸ ਬੱਚੀ ਪਾਸੋਂ ਸੁਣਿਆ ਕਿ ਗੁਰੂ ਘਰ ਦੇ ਵਿੱਚ ਸੇਵਾ ਕੀ ਹੈ। ਅਗਰ ਅਸੀਂ ਸੰਕਲਪ ਕਰ ਲਈਏ ਕਿਸੇ ਦੀ ਸੇਵਾ ਕਰਨ ਦਾ, ਤੇ ਅਸੀਂ ਪਿੱਛੇ ਨਹੀਂ ਰਹਿ ਸਕਦੇ। ਸਾਡੇ ਗੁਰੂ ਮਹਾਰਾਜ ਸਾਹਿਬ ਆਪ ਅੱਗੇ ਹੋ ਕੇ ਸਾਡੇ ਤਨ ਮਨ ਦੇ ਵਿੱਚ ਸਫੁਰਤੀ ਪੈਦਾ ਕਰਦੇ ਹਨ ਤਾਂ ਕਿ ਅਸੀਂ ਆਪ ਅੱਗੇ ਹੋ ਕੇ ਸੇਵਾ ਕਰ ਸਕੀਏ। ਘਰਾਂ ਵਿੱਚ ਬਜ਼ੁਰਗਾਂ ਦੀ ਸੇਵਾ, ਗੁਰਦੁਆਰਾ ਸਾਹਿਬ ਜਾ ਕੇ ਜੋੜੇ ਖਾਨਿਆਂ ਦੀ ਸੇਵਾ, ਸਫਾਈ ਦੀ ਸੇਵਾ ਆਦਿ ਹੋਰ ਸੇਵਾਵਾਂ ਬਹੁਤ ਸਾਰੀਆਂ ਹਨ। ਮੈਂ ਅੱਗੇ ਵੀ ਇੱਕ ਵਾਰ ਇਹ ਦੱਸਿਆ ਸੀ ਕਿ ਇੱਕ ਸਿੱਖ ਜਿਸਦੀ ਦੁਕਾਨ ਬੰਦ ਹੋ ਚੁੱਕੀ ਸੀ, MCD ਵਾਲਿਆਂ ਨੇ ਬੰਦ ਕਰ ਚੁੱਕੀ ਸੀ, ਇਹ ਗੁਰੂ ਇਕਬਾਲ ਵੀਰ ਜੀ ਦੀ ਸੁਣਾਈ ਹੋਈ ਕਥਾ ਹੈ ਸੇਵਾ ਦੇ ਉੱਤੇ। ਉਸ ਵੀਰ ਦੀ ਦੁਕਾਨ ਬੰਦ ਹੋ ਗਈ, ਕੰਮ ਬੰਦ ਹੋ ਗਿਆ, ਰੋਵੇ ਕਿ ਮੈਂ ਕਿੱਥੇ ਜਾਵਾਂ। ਇਹ ਕਥਾ ਮੇਰੇ ਮਨ ਨੂੰ ਬਹੁਤ ਛੂ ਚੁੱਕੀ ਹੈ, ਇਸ ਕਰਕੇ ਮੈਂ ਬਾਰ ਬਾਰ ਸੁਣਾਉਂਦੀ ਹਾਂ। ਉਹ ਵੀਰ ਰੋਏ, ਮੈਂ ਕੀ ਕਰਾਂ। ਇੱਕ ਵੀਰ ਨੇ ਉਸਨੂੰ ਸਲਾਹ ਦਿੱਤੀ ਕਿ ਜੋ ਬਜ਼ੁਰਗ ਵੀਰ ਗੁਰੂ ਘਰ ਜਾਣ ਦੇ ਚਾਹਵਾਨ ਹਨ ਪਰ ਕਿਸੇ ਮਜਬੂਰੀ ਕਾਰਨ ਗੁਰੂ ਘਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਜਾਣ ਦਾ ਸਾਧਨ ਨਹੀਂ ਮਿਲਦਾ, ਤੂੰ ਇਹ ਡਿਊਟੀ ਚੁੱਕ ਲੈ ਕਿ ਉਹਨਾਂ ਨੂੰ ਉਹਨਾਂ ਦੇ ਘਰੋਂ ਤੋਂ ਲੈ ਕੇ ਗੁਰੂ ਘਰ ਦੇ ਦਰਸ਼ਨ ਕਰਵਾਓ, ਉੱਥੇ ਉਹਨਾਂ ਨੂੰ ਜਿੰਨੀ ਦੇਰ ਉਹ ਸੇਵਾ ਕਰਨ, ਤੂੰ ਆਪ ਜੋੜੇ ਖਾਨੇ ਦੇ ਵਿੱਚ ਬੈਠ ਕੇ ਸੇਵਾ ਕਰ, ਜਦੋਂ ਉਹ ਵਾਪਿਸ ਜਾਣਾ ਚਾਹਣ ਤੂੰ ਉਹਨਾਂ ਨੂੰ ਉਹਨਾਂ ਦੇ ਸਥਾਨ ਤੇ ਪਹੁੰਚਾ ਦਿਓ। ਉਸ ਵੀਰ ਨੇ ਇਸੇ ਤਰ੍ਹਾਂ ਹੀ ਕੀਤਾ, ਉਹਨਾਂ ਨੂੰ ਪਹੁੰਚਾਇਆ, ਸੇਵਾ ਕੀਤੀ, ਰੋਜ਼ ਉਹਨਾਂ ਨੂੰ ਲੈ ਕੇ ਜਾਣ, ਘਰ ਜਾਏ, ਜਦੋਂ ਵਾਪਸ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਛੱਡ ਦੇਵੇ ਤਾਂ ਵਾਪਸ ਜਾਵੇ, ਆਪਣੀ ਗੱਡੀ ਸਾਫ਼ ਕਰੇ, ਉਸ ਗੱਡੀ ਦੇ ਵਿੱਚੋਂ ਉਹਨਾਂ ਬਜ਼ੁਰਗਾਂ ਦੀ ਚਰਨ ਧੂੜ ਲੈ ਕੇ ਆਪਣੀ ਦੁਕਾਨ ਦੇ ਅੰਦਰ ਰੋਜ਼ ਪਾਵੇ। ਇੱਕ ਮਹੀਨੇ ਦੇ ਅੰਦਰ ਅੰਦਰ MCD ਵੱਲੋਂ ਨੋਟਿਸ ਆ ਗਿਆ ਕਿ ਦੁਕਾਨ ਖੋਲ ਦਿੱਤੀ ਜਾਵੇ। ਇਹ ਹੈ ਸੇਵਾ ਦਾ ਫਲ। ਮੈਂ ਇੱਥੇ ਹੀ ਦੱਸਣਾ ਚਾਹਾਂਗੀ ਕਿ ਸੇਵਾ ਕਿੰਨੀ ਜ਼ਰੂਰੀ ਹੈ। ਹੁਣ ਸਾਡੇ ਨਿੱਕੇ ਨਿੱਕੇ ਬੱਚੇ ਜੋ ਕਿ ਬੇਬੇ ਨਾਨਕੀ ਗਰੁੱਪ ਦੇ ਹੀ ਬੱਚੇ ਹਨ, ਸਾਡਾ ਸਿੱਖੀ ਦਾ ਮੁੱਢ ਸਾਨੂੰ ਦੱਸਣ ਜਾ ਰਹੇ ਹਨ ਕਿ ਸਾਡੇ 10 ਗੁਰੂ ਸਾਹਿਬਾਨ ਨੇ ਸਾਨੂੰ ਕੀ ਦਿੱਤਾ ਹੈ। ਅਸੀਂ ਉਹਨਾਂ ਤੋਂ ਇਹ ਸਿੱਖਿਆ ਲੈਣੀ ਹੈ ਕਿ ਜੋ ਸਾਡੇ 10 ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੈ, 10 ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੈ, ਉਸ ਖਜ਼ਾਨੇ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਕੋਲ ਸਮੇਟ ਕੇ ਰੱਖਣਾ ਹੈ। ਬੇਬੇ ਨਾਨਕੀ ਗਰੁੱਪ ਦੇ ਬੱਚੇ ਜੋ ਕਿ ਨਿੱਕੇ ਨਿੱਕੇ 4 ਤੋਂ 6 ਸਾਲ ਦੇ ਬੱਚੇ ਹਨ, ਉਹ ਦੱਸ ਰਹੇ ਹਨ ਕਿ ਸਾਡੇ 10 ਗੁਰੂ ਸਾਹਿਬਾਨ ਨੇ ਸਾਨੂੰ ਕੀ ਦਿੱਤਾ ਹੈ। ਨਾ
ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਜੀ ਇਹ ਮੈਸੇਜ ਦੇ ਰਹੇ ਹਨ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਗੁਰਮਤਿ ਸਮਰ ਕੈਂਪ ਨੂੰ ਅਟੈਂਡ ਕਰਦਿਆਂ ਹੋਇਆਂ 10 ਗੁਰੂਆਂ ਦੇ ਨਾਮ ਕਿਸ ਤਰ੍ਹਾਂ ਪੋਇਮ ਦੇ ਰਾਹੀਂ ਯਾਦ ਕਰ ਲਏ ਨਹੀਂ ਤਾਂ ਉਂਝ ਅਗਰ ਬੱਚਿਆਂ ਨੂੰ ਕਿਹਾ ਜਾਏ ਨਾ ਤੇ ਵੱਡਿਆਂ ਵੱਡਿਆਂ ਕੋਲ ਅਚਾਨਕ ਪੁੱਛ ਲਿਆ ਜਾਏ ਕਿ 10 ਗੁਰੂਆਂ ਦੇ ਨਾਮ ਦੱਸੋ ਤੇ ਪਹਿਲੇ ਤੇ ਉਹ ਅਰਦਾਸ ਯਾਦ ਕਰਨਗੇ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਉਹਨਾਂ ਨੂੰ ਯਾਦ ਨਹੀਂ ਹੁੰਦੇ ਕਿ 10 ਗੁਰੂ ਕਿਹੜੇ ਹਨ ਹੋਰ ਇਹਨਾਂ ਬੱਚਿਆਂ ਨੇ ਤੁਸੀਂ ਆਪ ਜੀ ਨੇ ਆਪ ਦਰਸ਼ਨ ਕੀਤੇ ਹਨ ਇਹਨਾਂ ਨੇ ਕੋਈ ਹੈਲਪ ਨਹੀਂ ਲਈ ਗਾਉਂਦੇ ਗਾਉਂਦੇ ਕਿਸ ਤਰ੍ਹਾਂ ਇਹਨਾਂ ਨੇ ਸਾਨੂੰ 10 ਗੁਰੂਆਂ ਦੇ ਨਾਮ ਦੱਸ ਦਿੱਤੇ